ਇਹ ਜਿਹੜੀ ਬਲੈਕ ਫੰਗਸ ਹੈ ਇਹ ਇਨਾਂ ਪੱਤਿਆਂ ਤੋਂ ਮਿੱਟੀ ਚੋਂ ਸਾਡੇ ਸਰੀਰ ਦੇ ਵਿੱਚ ਹਵਾ ਦੇ ਥਰੂ ਆ ਜਾਂਦੀ ਹੈ। ਔਰ ਇਹ ਜਾ ਕੇ ਸਾਡੇ ਸਰੀਰ ਚ ਇੱਕ ਘਾਤਕ ਬਿਮਾਰੀ ਦਾ ਰੂਪ ਇਖਤਿਆਰ ਕਰ ਸਕਦੀ ਹੈ। ਇਹ એવી ਇੱਕ ਡੈਡਲੀ ਬਿਮਾਰੀ ਹੈ ਕਰੋਨਾ ਵਾਂਗੂ। ਪਰ ਜਿੱਦਾਂ ਕਰੋਨਾ ਤਾਂ ਹੁਣ ਮਤਲਬ ਆਪਾਂ ਕਹਿੰਦੇ ਹਰ ਘਰ ਚ ਆ ਗਈ ਕਰੋਨਾ। ਮਿਕਰ ਮਾਈਕੋਸਿਸ ਇਦਾਂ ਨਹੀਂ ਹੈ। ਮਿਕਰ ਮਾਈਕੋਸਿਸ ਬਹੁਤ ਸਿਲੈਕਟਡ ਕੈਟੇਗਰੀ ਦੇ ਪੇਸ਼ੈਂਟ ਹੈ ਜਿਨ੍ਹਾਂ ਦੇ ਵਿੱਚ ਆਂਦੀ ਹੈ। ਜਿਹੜੇ ਪੇਸ਼ੈਂਟ ਕੋਈ ਕੈਂਸਰ ਦੀਆਂ ਦਵਾਈਆਂ ਲੈਂਦੇ ਆ ਜਿਹੜੇ ਪੇਸ਼ੈਂਟ ਕੋਈ ਹੋਰ ਇਦਾਂ ਦੀਆਂ ਦਵਾਈਆਂ ਲੈਂਦੇ ਜਿਹਦੇ ਨਾਲ ਸਰੀਰ ਦੇ ਇਮਿਊਨਿਟੀ ਜਾਂ ਬਿਮਾਰੀ ਨਾਲ ਲੜਨ ਦੀ ਜਿਹੜੀ ਤਾਕਤ ਹੈ ਉਹ ਘਟਦੀ ਹੈ ਉਹਨਾਂ ਵਿੱਚ ਇੱਕ ਕਾਮਨ ਚੀਜ਼ ਹੈ ਅਸੀਂ ਮੇਰੇ ਹੁਣ 1.5-2 ਸਾਲ ਹੋ ਗਏ ਸਾਨੂੰ ਕਰੋਨਾ ਪੇਸ਼ੈਂਟ ਦੇਖਦੇ ਆ ਮੈਂ ਅੱਜ ਤੱਕ ਸ਼ਾਇਦ 3 ਜਾਂ 4 ਮਰੀਜ਼ ਇਹਦੇ ਬਲੈਕ ਫੰਗਸ ਦੇ ਦੇਖੇ ਆਪਣੀ ਪ੍ਰੈਕਟਿਸ 'ਚ ਉਹਨਾਂ ਨੂੰ ਕਰੋਨਾ ਸੀਗਾ ਜ਼ਿਆਦਾਤਰ ਕਾਮਨ ਜਿਹੜੀ ਆ ਉਹ ਹੈਗੀ ਆ ਨੱਕ ਸਾਈਨਸ ਦੰਦ ਅੱਖਾਂ ਤੇ ਬ੍ਰੇਨ ਨੂੰ ਇਫੈਕਟ ਕਰਦੀ ਹੈ ਉਸ ਤੋਂ ਬਾਅਦ ਸਾਡੇ ਫੇਫੜੇ ਇਫੈਕਟ ਹੋ ਸਕਦੇ ਆ ਈਵਨ ਸਾਡੇ ਸਕਿਨ ਇਫੈਕਟ ਹੋ ਸਕਦੀ ਹੈ ਈਵਨ ਸਾਡੇ ਪੇਟ ਨੂੰ ਇਫੈਕਟ ਕਰ ਸਕਦੀ ਹੈ ਅੱਜ ਕੱਲ ਚਰਚਾ ਇਹ ਚੱਲ ਰਹੀ ਹੈ ਕਿ ਕਰੋਨਾ ਵਾਇਰਸ ਤੋਂ ਵੀ ਭਿਆਨਕ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ ਉਸ ਬਿਮਾਰੀ ਦਾ ਨਾਮ ਹੈ ਬਲੈਕ ਫੰਗਸ ਬਲੈਕ ਫੰਗਸ ਕਿਸ ਤਰੀਕੇ ਨਾਲ ਇਨਸਾਨ ਦੇ ਸਰੀਰ ਦੇ ਉੱਪਰ ਹਮਲਾ ਕਰਦੀ ਹੈ ਇਹ ਕਿਸ ਤਰੀਕੇ ਨਾਲ ਹੁੰਦੀ ਹੈ ਅਤੇ ਇਸ ਤੋਂ ਕਿਸ ਤਰੀਕੇ ਨਾਲ ਬਚਿਆ ਜਾਵੇ ਇਸ ਬਾਰੇ ਅੱਜ ਜਾਣਕਾਰੀ ਤੁਹਾਨੂੰ ਦਵਾਂਗੇ ਮੇਰੇ ਨਾਲ ਡਾਕਟਰ ਤੀਰਜ ਪਾਟਿਆ ਜੀ ਨੇ ਐਮ ਡੀ ਮੈਡੀਸਨ ਦੇ ਤਾਂ ਗੱਲਬਾਤ ਕਰਦੇ ਆ ਕਿ ਅਸਲ ਦੇ ਵਿੱਚ ਬਲੈਕ ਫੰਗਸ ਹੈ ਕੀ ਇਹਦਾ ਰੌਲਾ ਕਿਉਂ ਇੰਨਾ ਪੈ ਰਿਹਾ ਹੈ ਤੇ ਬਚਿਆ ਕਿਦਾਂ ਜਾ ਸਕਦਾ ਤਾਂ ਪਾਟਿਆ ਸਾਹਿਬ ਸਭ ਤੋਂ ਪਹਿਲਾਂ ਤਾਂ ਧੰਨਵਾਦ ਸਮਾਂ ਦਿੱਤਾ ਤੁਸੀਂ ਤਾਂ ਬਲੈਕ ਫੰਗਸ ਹੈ ਕੀ ਇਹ ਅਸਲ ਦੇ ਵਿੱਚ ਇਹ ਕਿਉਂ ਇਹਨਾਂ ਦਿਨਾਂ ਦੇ ਵਿੱਚ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਬਲੈਕ ਫੰਗਸ ਜਿੰਨੂੰ ਕਿ ਅਸੀਂ ਆਪਣੇ ਮੈਡੀਕਲ টারਮਸ ਮਿਊਕਰਮਾਈਕੋਸਿਸ ਕਹਿੰਦੇ ਆ ਮਿਊਕਰਮਾਈਕੋਸਿਸ ਇੱਕ ਫੰਗਲ ਇਨਫੈਕਸ਼ਨ ਹੈ ਕਈ ਤਰ੍ਹਾਂ ਦੇ ਇਨਫੈਕਸ਼ਨ ਹੁੰਦੀ ਹੈ ਬੈਕਟੀਰੀਅਲ ਹੈ ਕਰੋਨਾ వైరਲ ਇਨਫੈਕਸ਼ਨ ਹੈ ਤੇ ਇਹ ਇੱਕ ਫੰਗਲ ਇਨਫੈਕਸ਼ਨ ਹੈ ਇੱਕ ਤਰ੍ਹਾਂ ਦੇ ਕਟਾਣੂ ਹੈ ਜਿਹੜੇ ਕਿ ਇਹ ਕਟਾਣੂ ਆਮ ਤੌਰ ਤੇ ਜਿੱਦਾਂ ਮਿੱਟੀ ਖਰਾਬ ਪੱਤੇ ਯਾ ਤੁਹਾਡਾ ਕਹਿ ਲੋ ਕਿ ਜਿਹੜੇ ਲੱਕੜ ਹੈ ਖਰਾਬ ਉਹਨਾਂ ਦੇ ਉੱਪਰ ਯੂਜੂਲੀ ਪਾਈ ਜਾਂਦੀ ਹੈ ਤੇ ਇਹ ਜਿਹੜੀ ਇਨਫੈਕਸ਼ਨ ਹੈ ਜਿਹੜੀ ਫੰਗਲ ਇਨਫੈਕਸ਼ਨ ਹੈ ਇਹਨੂੰ ਮਿਊਕਰ ਸਪੀਸੀਸ ਆਪਾਂ ਕਹਿੰਦੇ ਆ ਜਾਂ ਮਿਊਕਰ ਸਪੀਸੀਸ ਹੁੰਦੀ ਹੈ ਜਾਂ ਇੱਕ ਰਾਈਜ਼ੋਪਸ ਸਪੀਸੀਸ ਹੁੰਦੀ ਹੈ ਇਹ ਦੋ ਕਾਮਨ ਸਪੀਸੀਸ ਹੈ ਜਿਹੜੀ ਕਿ ਜਿੰਨੂੰ ਕਿ ਆਪਾਂ ਆਮ ਭਾਸ਼ਾ ਵਿੱਚ ਬਲੈਕ ਫੰਗਸ ਕਹਿੰਦੇ ਆ ਇਹ ਜਿਹੜੀ ਬਲੈਕ ਫੰਗਸ ਹੈ ਇਹ ਇਨਾਂ ਪੱਤਿਆਂ ਤੋਂ ਮਿੱਟੀ ਚੋਂ ਸਾਡੇ ਸਰੀਰ ਦੇ ਵਿੱਚ ਹਵਾ ਦੇ ਥਰੂ ਆ ਜਾਂਦੀ ਹੈ। ਔਰ ਇਹ ਜਾ ਕੇ ਸਾਡੇ ਸਰੀਰ ਚ ਇੱਕ ਘਾਤਕ ਬਿਮਾਰੀ ਦਾ ਰੂਪ ਇਖਤਿਆਰ ਕਰ ਸਕਦੀ ਹੈ। ਅੱਛਾ ਜਿਵੇਂ ਇਹ ਚਰਚਾ ਹੋ ਰਹੀ ਹੈ ਕਿ ਕੋਰੋਨਾ ਵਾਇਰਸ ਤੋਂ ਵੀ ਭਿਆਨਕ ਬਿਮਾਰੀ ਹੈ। ਇਹ ਇਸ ਨੂੰ ਕਹਿਣਾ ਠੀਕ ਹੋਊਗਾ ਵਾਕਿਆ ਭਿਆਨਕ ਹੈ ਕੋਰੋਨਾ ਤੋਂ ਵੀ ਜ਼ਿਆਦਾ? ਨਹੀਂ ਮੈਂ ਇਸ ਗੱਲ ਨੂੰ ਐਗਰੀ ਨਹੀਂ ਕਰਦਾ ਕਿਉਂਕਿ ਜਿੰਨੇ ਕੇਸ ਅਸੀਂ ਕੋਰੋਨਾ ਦੇ ਦੇਖ ਰਹੇ ਹਾਂ, ਰੋਜ਼ ਕਿੰਨੇ ਹੀ ਹਜ਼ਾਰਾਂ ਕੇਸ ਆ ਰਹੇ ਹੈ। ਮਿਓਕਰ ਮਾਈਕੋਸਿਸ ਬਹੁਤ ਰੇਅਰ ਬਿਮਾਰੀ ਹੈ। ਉਹ ਤੁਹਾਡੀ ਗੱਲ ਠੀਕ ਹੈ ਕਿ ਇਹ ਵੀ ਇੱਕ ਡੈਡਲੀ ਬਿਮਾਰੀ ਹੈ ਕਰੋਨਾ ਵਾਂਗ ਪਰ ਜਿੱਦਾਂ ਕਰੋਨਾ ਤਾਂ ਹੁਣ ਮਤਲਬ ਆਪਾਂ ਕਹਿੰਦੇ ਆ ਘਰ ਘਰ ਚ ਆ ਗਈ ਕਰੋਨਾ ਮਿਕਰ ਮਾਈਕੋਸਿਸ ਅਦਾ ਨਹੀਂ ਹੈ ਮਿਕਰ ਮਾਈਕੋਸਿਸ ਬਹੁਤ ਸਿਲੈਕਟਡ ਕੈਟੇਗਰੀਜ਼ ਦੇ ਪੇਸ਼ੈਂਟ ਹੈ ਜਿਨ੍ਹਾਂ ਦੇ ਵਿੱਚ ਆਂਦੀ ਹੈ ਔਰ ਇਹ ਨਹੀਂ ਹੈ ਕਿ ਹਰ ਇੱਕ ਨੂੰ ਕਿਸੇ ਨੂੰ ਵੀ ਥੋੜਾ ਬੋਤਾ ਸਿੰਪਟਮ ਆਇਆ ਤੇ ਸੋਚੇ ਕਿ ਮੈਂ ਮੈਨੂੰ ਇਹ ਬਲੈਕ ਫੰਗਸ ਹੋ ਗਈ ਹੈ ਇਸ ਲੱਛਣ ਕੀ ਹੁੰਦੇ ਨੇ ਤੇ ਜਿਆਦਾ ਸਰੀਰ ਦੇ ਵਿੱਚ ਕਿਸ ਚੀਜ਼ ਤੇ ਅਟੈਕ ਕਰਦਾ ਮੈਂ ਦੱਸਦਾ ਕਿਉਂਕਿ ਕਰੋਨਾ ਵਾਇਰਸ ਕਰਕੇ ਅੱਜ ਕੱਲ ਇਹ ਕਿਉਂ ਹਾਈਲਾਈਟ ਹੋ ਰਹੀ ਜਿਆਦਾ ਕਿਉਂਕਿ ਕਰੋਨਾ ਪੇਸ਼ੈਂਟਸ ਜ਼ਿਆਦਾਤਰ ਅੱਜ ਕੱਲ ਤੁਸੀਂ ਸੁਣਿਆ ਹੋਣਾ ਕਿ ਸਟੀਰੋਇਡ ਲੈਂਦੇ ਜਿਆਦਾ ਔਰ ਜਿਹੜੇ ਪੇਸ਼ੈਂਟ ਸਟੀਰੋਇਡ ਲੈ ਰਹੇ ਆ ਜਿਹੜੇ ਪੇਸ਼ੈਂਟ ਕੋਈ ਕੈਂਸਰ ਦੀਆਂ ਦਵਾਈਆਂ ਲੈਂਦੇ ਆ ਜਿਹੜੇ ਪੇਸ਼ੈਂਟ ਕੋਈ ਹੋਰ ਏਦਾਂ ਦੀਆਂ ਦਵਾਈਆਂ ਲੈਂਦੇ ਜਿਹਦੇ ਨਾਲ ਸਰੀਰ ਦੇ ਇਮਿਊਨਿਟੀ ਜਾਂ ਬਿਮਾਰੀ ਨਾਲ ਲੜਨ ਦੀ ਜਿਹੜੀ ਤਾਕਤ ਹੈ ਉਹ ਘਟਦੀ ਹੈ ਉਹਨਾਂ ਵਿੱਚ ਇੱਕ ਕਾਮਨ ਚੀਜ਼ ਹੈ ਔਰ ਕਰੋਨਾ ਵਾਇਰਸ ਦੇ ਪੇਸ਼ੈਂਟ ਜਿਹੜੇ ਜ਼ਿਆਦਾ ਸਟੀਰੋਇਡ ਲੈਂਦੇ ਆ ਜਾ ਜਿਨਾਂ ਨੇ 슈ਗਰ ਵਾਲੇ ਪੇਸ਼ੈਂਟ ਜਿਨਾਂ ਨੂੰ ਸਟੇਰੋਇਡ ਦਿੰਨੇ ਉਹਨਾਂ ਵਿੱਚ ਜਿਆਦਾ ਕਾਮਨ ਹੈ ਔਰ ਉਹਦੇ ਕਰਕੇ ਇਹ ਜਿਆਦਾ ਅੱਜ ਕੱਲ ਹਾਈਲਾਈਟ ਹੋ ਗਈ ਕਿ ਹਾਂ ਜੀ ਬਲੈਕ ਫੰਗਸ ਆ ਗਈ ਬਲੈਕ ਫੰਗਲ ਪਰ ਉਹਨਾਂ ਕਾਮਨ ਨਹੀਂ ਹੈ ਜਿੰਨਾ ਕਿ ਆਪਾਂ ਲੋਕ ਸੋਚਦੇ ਆ ਅੱਛਾ ਇਹ ਕਹਿ ਸਕਦੇ ਆ ਕਿ ਜਿਨਾਂ ਨੂੰ ਕਰੋਨਾ ਹੋ ਰਿਹਾ ਹੈ ਜਿਆਦਾਤਰ ਬਲੈਕ ਫੰਗਸ ਉਹਨਾਂ ਨੂੰ ਹੋ ਰਹੀ ਹੈ ਨਹੀਂ ਇਹ ਨਹੀਂ ਹੈ ਕਿ ਸਾਰੇ ਹਰੀ ਕਰੋਨਾ ਪੇਸ਼ੈਂਟ ਨੂੰ ਬਲੈਕ ਫੰਗਸ ਹੋਣੀ ਹੋਣੀ ਹੈ ਚਾਂਸਸ ਹੁੰਦੇ ਆ ਪਰ ਇਹ ਨਹੀਂ ਹੈ ਕਿ ਮੈਂ ਅਸੀਂ ਮੇਰੇ ਹੁਣ 1.5-2 ਸਾਲ ਹੋ ਗਏ ਸਾਨੂੰ ਕਰੋਨਾ ਪੇਸ਼ੈਂਟ ਦੇਖਦੇ ਆ ਮੈਂ ਅੱਜ ਤੱਕ ਸ਼ਾਇਦ 3 ਜਾਂ 4 ਮਰੀਜ਼ ਇਹਦੇ ਬਲੈਕ ਫੰਗਸ ਤੇ ਦੇਖੇ ਆਪਣੀ ਪ੍ਰੈਕਟਿਸ 'ਚ ਉਹਨਾਂ ਨੂੰ ਕਰੋਨਾ ਸੀਗਾ ਕਰੋਨਾ ਦੇ ਵਿੱਚ ਹੋਣ ਕਰਕੇ ਕਿਉਂਕਿ ਮੈਂ ਤੁਹਾਨੂੰ ਦੱਸ ਜਿਵੇਂ ਦੱਸਿਆ ਕਿ ਸਟੀਰੋਇਡਸ ਆਪਾਂ ਨੂੰ ਦੇਣੇ ਪੈਂਦੇ ਆ ਕਿਉਂਕਿ ਜੇ ਤੁਸੀਂ ਮੈਨੂੰ ਪੁੱਛੋ ਤੇ ਸਿਰਫ ਔਰ ਸਿਰਫ ਸ਼ਰਤਾਂ ਲਾ ਜਿਹੜਾ ਉਹ ਸਟੀਰੋਇਡਸ ਆ ਕਰੋਨਾ ਦਾ ਔਰ ਜਿਹੜੇ ਸਟੀਰੋਇਡ ਦੇਣ ਦੇ ਕਰਕੇ ਪਰ ਇਹ ਵੀ ਆ ਕਿ ਉਹਦੇ ਸਾਈਡ ਇਫੈਕਟ ਵੀ ਆ ਉਹ ਬਾਡੀ ਨੂੰ ਰੈਜ਼ਿਸਟੈਂਸ ਨੂੰ ਲੋ ਕਰਦੇ ਆ ਜਦੋਂ ਬਾਡੀ ਰੈਜ਼ਿਸਟੈਂਸ ਲੋ ਕਰਦੇ ਆ ਤੇ ਇਹ ਵਾਲੀ ਫੰਗਲ ਇਨਫੈਕਸ਼ਨ ਹੋਣ ਦਾ ਚਾਂਸ ਵੱਧ ਜਾਂਦਾ ਪਰ ਜੇ ਤੁਸੀਂ ਫਿਰ ਵੀ ਪੁੱਛੋ ਤੇ ਇਨਸੀਡੈਂਸ ਬਹੁਤ ਘੱਟ ਆ ਮਤਲਬ ਮਤਲਬ ਜੇ ਮੈਂ ਤੁਹਾਨੂੰ ਦੱਸ ਰਿਹਾ ਜੇ ਅਸੀਂ ਹਜ਼ਾਰਾਂ ਕੇਸ ਦੇਖੇ ਵਿੱਚੋਂ ਸ਼ਾਇਦ 4 ਕੇਸ ਮੈਂ ਦੇਖੇ ਆ ਜਿਹਦੇ ਵਿੱਚ ਇਹਨਾਂ ਬਲੈਕ ਫੰਗਸ ਹੋਈ ਹੈ ਜਦੋਂ ਦਾ ਇਹ ਰੌਲਾ ਪਿਆ ਤਾਂ ਵੈਸੇ ਤਾਂ ਹਰ ਕੋਈ ਮਹਿਸੂਸ ਕਰਦਾ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਸ਼ਾਇਦ ਇਹ ਬਲੈਕ ਫੰਗਸ ਹੋਗੀ ਕੋਈ ਪੇਸ਼ੈਂਟਸ ਤੁਹਾਡੇ ਕੋ ਇਹਨਾਂ ਦਿਨਾਂ ਦੇ ਵਿੱਚ ਬਲੈਕ ਫੰਗਸ ਦੇ ਆਏ ਹੋਣ ਮੈਂ ਤੁਹਾਨੂੰ ਉਹਨਾਂ ਦੇ ਜਿਹੜੇ ਥੋੜੇ ਲੱਛਣ ਆ ਮੈਂ ਉਹਦੇ ਬਾਰੇ ਦੱਸਣਾ ਚਾਹਾਂਗਾ ਕਿ ਕਿਸੇ ਨੂੰ ਇਦਾਂ ਦੇ ਪੇਸ਼ੈਂਟ ਨੂੰ ਜ਼ਿਆਦਾਤਰ ਕੀ ਹੁੰਦਾ ਹੈ ਕਿ ਜਿਹੜੇ ਆਪਣੇ ਇਹ ਇਫੈਕਟ ਕਰਦੇ ਆ ਆਪਣੇ ਰੈਸਪੀਰੇਟਰੀ ਟ੍ਰੈਕਟ ਜਿੱਥੋਂ ਸ਼ੁਰੂ ਕਰਦੇ ਆਪਾਂ ਨੱਕ ਸਾਡੇ ਸਾਈਨਸ ਸਾਡੀਆਂ ਅੱਖਾਂ ਉਸ ਤੋਂ ਬਾਅਦ ਸਾਡੇ ਜਿਹੜਾ ਲੰਗਸ ਰੈਸਪੀਰੇਟਰੀ ਸਿਸਟਮ ਨੂੰ ਜ਼ਿਆਦਾ ਇਫੈਕਟ ਕਰਦੇ ਆ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਇੱਥੇ ਕਿਸੇ ਨੂੰ ਪੇਨ ਹੋਏ ਚੀਕਸ ਦੇ ਉੱਪਰ ਜਾਂ ਨੱਕ ਦੇ ਉੱਪਰ ਪੇਨ ਹੋਏ ਜਾਂ ਕੋਈ ਨੱਕ ਚੋਂ ਬਲੱਡ ਮਿਕਸ ਹੋ ਕੇ ਡਿਸਚਾਰਜ ਕਾਲੇ ਜਿਹੇ ਰੰਗ ਦਾ ਨਿਕਲੇ ਠੀਕ ਹੈ ਔਰ ਅੱਖਾਂ ਦੇ ਆਲੇ ਦੁਆਲੇ ਸਵੇਲਿੰਗ ਆ ਜਾਏ ਨਾਲ ਨਾਲ ਉਹਨੂੰ ਸਿਰਦਰਦ ਬਹੁਤ ਜ਼ਿਆਦਾ ਸ਼ੁਰੂ ਹੋ ਜਾਏ ਸੋ ਆਪਾਂ ਇਹ ਸੋਚਦੇ ਆ ਕਿ ਸ਼ਾਇਦ ਇਹ ਬਲੈਕ ਫੰਗਸ ਵਾਲੇ ਲੱਛਣ ਤਾਂ ਨਹੀਂ ਆ ਔਰ ਉਹਨੂੰ ਫਿਰ ਆਪਾਂ ਅੱਗੇ ਫਰਦਰ ਦੇਖਣਾ ਪੈਂਦਾ ਕਿ ਇਹ ਵਾਕਈ ਇਹ ਬਲੈਕ ਫੰਗਸ ਹੈ ਜਾਂ ਸਿੰਪਲ ਸਾਈਨਸਾਈਟਿਸ ਹੈ ਬੈਕਟੀਰੀਅਲ ਸਾਈਨਸਾਈਟਿਸ ਹੈ ਸੋ ਇਹਦੇ ਕੁਝ ਸਟੈਪਸ ਹੁੰਦੇ ਕਿ ਜਿਵੇਂ ਕਰੋਨਾ ਦੀਵੇਂ ਪਹਿਲਾਂ ਪਹਿਲੇ ਪਾਰਟ ਦੇ ਵਿੱਚ ਕੀ ਕੁਝ ਆਉਂਦਾ ਜਾਂ ਦੂਸਰੇ ਤੀਸਰੇ ਦੇ ਵਿੱਚ ਫਾਈਨਲ ਸਟੇਜ ਹੁੰਦੀ ਹੈ ਇਹਦੇ ਤੁਹਾਨੂੰ ਮੈਂ ਦੱਸਿਆ ਜਿੱਦਾਂ ਸਿੰਪਟਮ ਸਿੰਪਟਮਸ ਤੋਂ ਹੀ ਆਪਾਂ ਡਾਇਗਨੋਸ ਕਰਦੇ ਆਂ ਠੀਕ ਹੈ ਕੋਈ ਸਪੈਸਿਫਿਕ ਇਹਦਾ ਟੈਸਟ ਨਹੀਂ ਹੈਗਾ ਕਿ ਜਿਸ ਨੂੰ ਆਪਾਂ ਕਹੀਏ ਕਿ ਆਪਾਂ ਇਹ ਲੈ ਲਈਏ ਕਲਚਰਸ ਹੁੰਦੇ ਆ ਇਹਦੇ ਆਪਾਂ ਤੋਂ ਜਿਹੜਾ ਡਿਸਚਾਰਜ ਨਿਕਲਦਾ ਉਹਨੂੰ ਲੈ ਕੇ ਲੈਬਾਰਟਰੀ ਟੈਸਟ ਕਰਾ ਸਕਦੇ ਆ ਤੇ ਆਪਾਂ ਨੂੰ ਪਤਾ ਲੱਗ ਸਕਦਾ ਕਿ ਸ਼ਾਇਦ ਇਹ ਬਲੈਕ ਫੰਗਸ ਹੋਏ ਪਰ ਜਿਹੜਾ ਸਪੈਸਿਫਿਕਲੀ ਜਦੋਂ ਸਿੰਪਟਮ ਆਣੇ ਸ਼ੁਰੂ ਹੁੰਦੇ ਆ ਤੇ ਆਪਾਂ ਨੂੰ ਫਿਰ ਉਸ ਹੱਬ ਨਾਲ ਸੋਚਣਾ ਪੈਂਦਾ ਹੈ ਕਿ ਵੀ ਇਹ ਬਲੈਕ ਫੰਗਸ ਤਾਂ ਨਹੀਂ ਹੈ ਔਰ ਜੇ ਬਲੈਕ ਫੰਗਸ ਹੈਗਾ ਤੇ ਫਿਰ ਉਹ ਡੈਡਲੀ ਡਿਜ਼ੀਜ਼ ਬਣ ਜਾਂਦਾ ਕਿਉਂਕਿ ਇੱਕ ਵਾਰ ਜਦੋਂ ਇਹ ਸਾਈਨਸ ਦੇ ਵਿੱਚ ਆ ਗਿਆ ਉਹਨੂੰ ਬ੍ਰੇਨ ਨੂੰ ਟਰੈਵਲ ਕਰ ਜਾਂਦਾ ਜਦੋਂ ਉਹ ਬ੍ਰੇਨ ਨੂੰ ਫੰਗਸ ਇਨਫੈਕਸ਼ਨ ਤੇ ਉਹਦੇ ਚ ਚਾਂਸਸ ਹੈ ਕਿ ਪੇਸ਼ੈਂਟ ਕਾਫੀ ਵਾਰਤ ਦਾ ਹੁੰਦਾ ਹੈ ਕਿ ਪੇਸ਼ੈਂਟ ਬਚ ਨਹੀਂ ਪੰਦਾ ਅੱਛਾ ਕੋਈ ਇਦਾਂ ਦੀ ਵੀ ਚੀਜ਼ ਹੈ ਕਿ ਇਹ ਸਿਰਫ ਦੰਦਾਂ ਤੇ ਅਟੈਕ ਕਰਦਾ ਹੈ ਜਾਂ ਅੱਖਾਂ ਤੇ ਅਟੈਕ ਕਰਦਾ ਹੈ ਕਿ ਜਾਂ ਹਰ ਇੱਕ ਬਾਡੀ ਦੇ ਪਾਰਟ ਤੇ ਵੀ ਕਿਸੇ ਪਾਰਟ ਤੇ ਵੀ ਕਰ ਸਕਦਾ ਈਵਨ ਇਹਦੇ ਕਈ ਕਿਸਮਾਂ ਹੁੰਦੀਆਂ ਜ਼ਿਆਦਾਤਰ ਕਾਮਨ ਜਿਹੜੀ ਹੈ ਉਹ ਹੈਗੀ ਆ ਨੱਕ ਸਾਈਨਸ ਦੰਦ ਅੱਖਾਂ ਤੇ ਬ੍ਰੇਨ ਨੂੰ ਇਫੈਕਟ ਕਰਦੀ ਉਸ ਤੋਂ ਬਾਅਦ ਸਾਡੇ ਫੇਫੜੇ ਇਫੈਕਟ ਹੋ ਸਕਦੇ ਆ ਈਵਨ ਸਾਡੇ ਸਕਿਨ ਇਫੈਕਟ ਹੋ ਸਕਦੀ ਹੈ ਇਵਨ ਸਾਡੇ ਪੇਟ ਨੂੰ ਇਫੈਕਟ ਕਰ ਸਕਦੀ ਹੈ ਜਿਸ ਨੂੰ ਕਿ ਆਪਾਂ ਇੰਟੈਸਟਾਈਨਲ ਮਿਊਕਰਮਾਈਕੋਸਿਸ ਵੀ ਕਹਿੰਦੇ ਜਿੰਨਾ ਕਿ ਮੈਂ ਸੁਣਿਆ ਕਿ ਜੇ ਕਹਿੰਦੇ ਕਿ ਇਸ ਨੂੰ ਖਤਮ ਕਰਨਾ ਤੇ ਉਸ ਦਾ ਇੱਕ ਹੀ ਇਲਾਜ ਹੈ ਕਿ ਉਹ ਪਾਰਟ ਨੂੰ ਹੀ ਫਿਰ ਕੱਢਣਾ ਪੈਂਦਾ ਜੇ ਮੰਨ ਲਓ ਅੱਖ ਤੇ ਹੋ ਗਿਆ ਤੇ ਅੱਖ ਕੱਢਣੀ ਪੈਂਦੀ ਹੈ ਦੰਦ ਜਿਹਾ ਠੀਕ ਹੈ ਜਦੋਂ ਅੱਖਾਂ ਦੇ ਜਿਹੜੇ ਤੁਸੀਂ ਇਹ ਗੱਲ ਸੁਣੀ ਆ ਉਹ ਬਿਲਕੁਲ ਠੀਕ ਹੈ ਕਿ ਜੇ ਅੱਖਾਂ ਤੇ ਇਫੈਕਟ ਆਣਾ ਸ਼ੁਰੂ ਹੋ ਜਾਏ ਤਾਂ ਸਾਨੂੰ ਉਹ ਅੱਖ ਕੱਢਣੀ ਪੈਂਦੀ ਕਿਉਂਕਿ ਉਹ ਅੱਖ ਦਾ ਫੰਕਸ਼ਨ ਖਤਮ ਹੋ ਜਾਂਦਾ ਡੈੱਡ ਹੋ ਜਾਂਦੀ ਹੈ ਉਹ ਬਲੈਕ ਫੰਗਸ ਹਵਾ ਦੇ ਵਿੱਚ ਕਹਿ ਸਕਦੇ ਹਾਂ ਹੈਗੀ ਕਿ ਜਾਂ ਜਿਹੜੀਆਂ ਚੀਜ਼ਾਂ ਆਪਾਂ ਖਾਣੇ ਪੀਣੇ ਆ ਉਹਦੇ ਰਾਹੀਂ ਜਾਂਦੀ ਅੰਦਰ ਖਾਣ ਪੀਣ ਦੇ ਨਹੀਂ ਹਵਾ ਦੇ ਰਾਹੀਂ ਸਾਡੇ ਆਉਂਦੀਆਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਬਈ ਇਹ ਖਰਾਬ ਮਿੱਟੀ ਪੱਤੇ ਲੱਕੜ ਉਹਨਾਂ ਦੇ ਉੱਪਰ ਜਿੱਦਾਂ ਆਪਾਂ ਕਹਿੰਦੇ ਆ ਕਿ ਉਲੀ ਲੱਗ ਗਈ ਜੀ ਕਾਲੇ ਜਿਹੇ ਰੰਗ ਦੀ ਉਲੀ ਲੱਗ ਗਈ ਬੇਸਿਕਲੀ ਉਹ ਮਿਓਕਰ ਮਾਈਕੋਸਿਸ ਹੁੰਦੀ ਹੈ ਕਈ ਵਾਰੀ ਘਰੇ ਕੋਈ ਸਬਜੀ ਰੱਖੀ ਹੋਵੇ ਕੁਛ ਉਹ ਵੀ ਰੱਖਿਆ ਹੋਵੇ ਜੇ ਉਹ ਵੀ ਖਾਦਾ ਜਾਵੇ ਉਹ ਵੀ ਪਾਰਟ ਡਿਕੇਡ ਡिकेस ਮੈਟਰ ਹੈ ਨਾ ਡਿਕੇਡ ਮੈਟਰ ਆਪਾਂ ਕਹਿੰਦੇ ਆ ਜਿਹੜੇ ਕਿ ਖਾਸ ਕਰ ਮਿੱਟੀ ਔਰ ਪੱਤੇ ਉਹਨਾਂ ਵੀ ਜ਼ਿਆਦਾ ਪੈ ਜਾਂਦੀ ਹੈ ਇਹ ਬਲੈਕ ਫੰਗਸ ਇਹ ਜਿਹੜੀ ਜਿਹੜੀ ਦੂਸਰੀ ਉਲੀ ਹੈ ਜਿਹੜੀ ਘਰਾਂ ਚ ਜਿਵੇਂ ਸਬਜ਼ੀਆਂ ਦੇ ਉਹ ਉਹ ਵੱਖਰੀ ਚੀਜ਼ ਹੈ ਉਹ ਅਲੱਗ ਚੀਜ਼ ਆ ਉਹ ਅਲੱਗ ਫੰਗਲ ਇਨਫੈਕਸ਼ਨ ਹੁੰਦੀ ਹੈ ਉਹ ਉਹ ਡੈਡਲੀ ਡੇਂਜਰਸ ਨਹੀਂ ਹੁੰਦੇ ਹਾਂਜੀ ਦਾ ਆਖਰ ਦੇ ਵਿੱਚ ਇਹ ਦੱਸੋ ਕਿ ਇਹਦਾ ਹੱਲ ਕੀ ਹੋ ਸਕਦਾ ਹੈ ਬੱਚਾ ਕਿਦਾਂ ਜਾ ਰਿਹਾ ਇਹਦਾ ਇਹਦਾ ਬੱਚਿਆ ਇਹੀ ਹੈ ਜਿੱਦਾਂ ਅਸੀਂ ਆਪਾਂ ਨਾਰਮਲ ਮੈਂ ਤਾਂ ਇਹ ਕਵਾਂਗਾ ਕਿ ਜਿਹੜੇ ਜੋ ਕੇਸ ਆਪਾਂ ਦੇਖੇ ਆ ਉਹ ਕਰੋਨਾ ਦੇ ਪੇਸ਼ੈਂਟ ਮੋਸਟਲੀ ਜਿੱਦਾਂ ਆਪਾਂ ਅੱਜਕੱਲ ਦੇਖ ਰਹੇ ਆ ਸਟੀਰੋਇਡਸ ਔਰ ਦਵਾਈਆਂ ਦਿੰਦੇ ਨੇ ਸੋ ਆਪਾਂ ਇਹ ਕਿ ਕਈ ਲੋਗ ਰੈਗੂਲਰਲੀ ਸਟੀਰੋਇਡ ਖਾਈ ਜਾ ਰਹੇ ਹੈ ਹਨਾ ਔਰ ਉਹਦਾ ਬਚਾਅ ਦਾ ਕਾਰਨ ਹੈ ਕਿ ਸਟੀਰੋਇਡ ਨੂੰ ਆਪਾਂ ਜਲਦੀ ਤੋਂ ਜਲਦੀ ਕਰੋਨਾ ਪੇਸ਼ੈਂਟ ਦੇ ਵਿੱਚ ਘਟਾ ਕੇ ਬੰਦ ਕਰਨ ਦੀ ਕੋਸ਼ਿਸ਼ ਕਰੀਏ ਉਸਾ 슈ਗਰ ਲੈਵਲ ਸਾਡਾ ਬਿਲਕੁਲ ਠੀਕ ਹੋਣਾ ਚਾਹੀਦਾ ਕਿਉਂਕਿ ਜੇ 슈ਗਰ ਲੈਵਲ ਵਧੇ ਹੋਣਗੇ ਤਾਂ ਇਹ ਬਿਮਾਰੀ ਦਾ ਜਿਹੜਾ ਇੰਪੈਕਟ ਹੈ ਉਹ ਬਹੁਤ ਜ਼ਿਆਦਾ ਹੁੰਦਾ ਔਰ ਕਈ ਵਾਰੀ ਉਹ ਜਾਨਲੇਵਾ ਵੀ ਹੋ ਜਾਂਦੀ ਹੈ ਸੋ ਮੇਰੇ ਵੱਲੋਂ ਇਹ ਹੈ ਐਡਵਾਈਸ ਕਿ ਭਈ ਆਪਣਾ ਜਿਹੜਾ ਕਰੋਨਾ ਪੇਸ਼ੈਂਟ ਹੈ ਔਰ ਪੇਸ਼ੈਂਟਸ ਲਈ ਔਰ ਡਾਕਟਰਸ ਲਈ ਵੀ ਇੱਕ ਐਡਵਾਈਸ ਹੈ ਕਿ ਜਿੰਨੀ ਜਲਦੀ ਤੋਂ ਜਲਦੀ ਹੋਏ ਸਟੀਰੌਇਡ ਨੂੰ ਆਪਾਂ ਟਿਪਰ ਆਫ ਕਰਕੇ ਬੰਦ ਕਰਨ ਦੀ ਕੋਸ਼ਿਸ਼ ਕਰੀਏ ਖਾਸ ਕਰ 슈ਗਰ ਪੇਸ਼ੈਂਟ ਦੇ ਵਿੱਚ ਔਰ 슈ગર ਲੈਵਲ ਜਿਹੜਾ ਹੈ ਉਹ ਬਿਲਕੁਲ ਠੀਕ ਰਹਿਣਾ ਚਾਹੀਦਾ ਔਰ ਆਪਣੀ ਬਾਕੀ ਜਿਹੜੀ ਸਾਰੀਆਂ ਪ੍ਰੋਟੈਕਸ਼ਨਸ ਆ ਜਿੱਦਾਂ ਆਪਾਂ ਮਾਸਕ ਲਗਾਉਣਾ ਹੈਂਡ ਹਾਈਜਨ ਕਰਨਾ ਇਹ ਆਪਾਂ ਜਰੂਰ ਫਾਲੋ ਕਰੀਏ ਕਿਉਂਕਿ ਜੇ ਅਸੀਂ ਇਹ ਇਹ ਮਾਸਕ ਜਿਹੜੀ ਇੱਕ ਮਾਸਕ ਚੀਜ਼ ਆ ਇਹ ਸਾਨੂੰ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੀ ਆ ਚਾਹੇ ਉਹ ਫੰਗਲ ਆ ਚਾਹੇ ਵਾਇਰਲ ਆ ਚਾਹੇ ਬੈਕਟੀਰੀਅਲ ਆ ਵੱਦ ਸਰ ਜਾਣਕਾਰੀ ਦੇਣ ਦੇ ਲਈ ਸੋ ਭਿਆਨਕ ਭਿਆਨਕ ਬਿਮਾਰੀਆਂ ਦਸਤਕ ਦੇ ਰਹੀਆਂ ਨੇ ਇਸ ਤੋਂ ਬਚਣਾ ਕਿਸ ਤਰੀਕੇ ਨਾਲ ਆ ਉਹ ਵੀ ਤੁਹਾਨੂੰ ਅਸੀਂ ਸਮੇਂ-ਸਮੇਂ ਤੇ ਉੱਪਰ ਦੱਸਦੇ ਰਹਿੰਨੇ ਆ ਤਾਂ ਮਾਸਕ ਹੀ ਇੱਕ ਹੱਲ ਹੈਗਾ ਵਾ ਚਾਹੇ ਉਹ ਕਰੋਨਾ ਦਾ ਲੈ ਲਓ ਚਾਹੇ ਤੁਸੀਂ ਬਲੈਕ ਫੰਗਸ ਨੂੰ ਲੈ ਲਓ ਪਰ ਬਲੈਕ ਫੰਗਸ ਤੋਂ ਜੇ ਬਚਣਾ ਆ ਤਾਂ 슈ਗਰ ਨੂੰ ਕੰਟਰੋਲ ਦੇ ਵਿੱਚ ਰੱਖੋ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਦੱਸਿਆ ਤਾਂ ਜਿਹੜੇ ਸਟੀਰੋਇਡ ਦਿੱਤੇ ਜਾਂਦੇ ਨੇ ਕੋਰੋਨਾ ਪੇਸ਼ੈਂਟ ਨੂੰ ਕਿਤੇ ਨਾ ਕਿਤੇ ਇਹ ਵੀ ਵੱਡਾ ਕਾਰਨ ਬਲੈਕ ਫੰਗਸ ਦਾ ਬਣ ਰਿਹਾ ਪਰ ਇੱਕ ਗੱਲ ਹੋਰ ਨਾਲ ਹੈ ਕਿ ਜਿੰਨੀ ਹਵਾ ਬਲੈਕ ਫੰਗਸ ਦੀ ਬਣਾਈ ਜਾ ਰਹੀ ਹੈ ਕਿ ਬਹੁਤ ਵੱਡੇ ਪੱਧਰ ਤੇ ਉੱਪਰ ਇਹ ਪੰਜਾਬ ਦੇ ਵਿੱਚ ਜਾਂ ਦੇਸ਼ ਭਰ ਦੇ ਵਿੱਚ ਫੈਲਿਆ ਅਜੇ ਉਹੋ ਜੀ ਸਥਿਤੀ ਨਹੀਂ ਹੈ ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ ਦਿੱਲੀ ਪੋਸਟ ਪੰਜਾਬੀ ਜਲੰਧਰ